ਮਿੱਤਰੋ ਵੈਲਕਮ ਕਰਦੇ ਤੁਹਾਡਾ ਇੱਕ ਹੋਰ ਨਵੇਂ ਕੈਂਟ ਦੇ ਵਲੌਗ ਦੇ ਵਿੱਚ। ਮੈਂ ਤੁਹਾਡਾ ਆਪਣਾ ਅਨਮੋਲ ਢਿੱਲੋਂ ਅਤੇ ਤੁਸੀਂ ਦੇਖ ਰਹੇ ਢਿੱਲੋਂ ਵਲੌਗਸ। ਅਤੇ ਬਾਕੀ ਸਭ ਤੋਂ ਪਹਿਲਾਂ ਧੰਨਵਾਦ ਸਾਰਿਆਂ ਦਾ, ਅਤੇ ਆਈ ਹੋਪ ਤੁਸੀਂ ਸਾਰੇ ਕਾਇਮ ਹੋ। ਅਤੇ ਧੰਨਵਾਦ ਮੈਂ ਤਾਂ ਕਰਦਾ ਸੀ ਕਿਉਂਕਿ ਇੰਨੀ ਛੇਤੀ ਆਪਾਂ 1000 ਸਬਸਕ੍ਰਾਈਬਰ ਕੰਪਲੀਟ ਕਰ ਲਏ ਆ। ਅਤੇ ਬਾਕੀ ਇੱਦਾਂ ਹੀ ਆਪਣਾ ਪਿਆਰ ਸਪੋਰਟ ਨਾਲ ਰੱਖਿਓ। ਅਤੇ ਅੱਜ ਕਾਫੀ ਦਿਨਾਂ ਬਾਅਦ ਵਲੌਗ ਜਿਹਾ ਵੈਲਕਮ ਕਰਦੇ ਤੁਹਾਡਾ ਇੱਕ ਹੋਰ ਨਵੇਂ ਦਿਨ ਦੇ ਵਿੱਚ। ਅਤੇ ਬਾਕੀ ਕੱਲ੍ਹ ਵਲੌਗ ਜਿਹਾ ਨਹੀਂ ਬਣਾਇਆ ਸੀਗਾ ਕਿਉਂਕਿ ਕੁਝ ਖਾਸ ਕੰਟੈਂਟ ਨਹੀਂ ਸੀਗਾ ਕੱਲ੍ਹ, ਅਤੇ ਅੱਜ ਚੱਲ ਰਹੇ ਸੀ ਪਲੀਏ। ਅਤੇ ਅੱਜ ਮਹਾਂ ਹੁਣ ਚੇਤੇ ਆਇਆ ਕਿ ਵਲੌਗ ਵੀ ਬਣਾਉਣਾ ਸੀਗਾ, ਹੈ ਨਾ। ਅਤੇ ਰਾਹ 'ਚ ਸੀਗੇ ਤਾਂ ਰਾਹ 'ਚ ਰੋਕ ਕੇ ਵਲੌਗ ਚਾਲੂ ਕੀਤਾ ਆ ਮੋਟਰਸਾਈਕਲ ਤੇਜ਼ੀ, ਅਤੇ ਚੱਲ ਕੇ ਪਲੀਏ, ਫਿਰ ਤੁਹਾਨੂੰ ਮਿਲਦੇ ਹਾਂ ਉੱਥੇ। ਮਿੱਤਰ ਆ ਗਏ ਹੈਪੀ ਭਾਜੀ ਦਾ ਚੱਕਰ ਸਾਡਾ, ਹੈਪੀ ਭਾਜੀ ਨਾਲ ਮੁੰਡਾ ਹਰਜੀਤ ਪਿੱਛੇ ਮੇਰੇ 'ਚ। ਇੱਧਰ ਹੁਣ ਦੇਖੋ ਤੇਜ਼ੀ, ਤੇਜਿੰਦਰ ਇੱਧਰ, ਤੇਜਿੰਦਰ ਬਰਾੜ ਸਾਹਿਬ ਕੱਪੜੇ ਲੈਂਦੇ ਹੋਏ ਆ ਹਰਜੀਤ ਨਾਲ। ਅਤੇ ਹਾਂ ਹਾਂ ਕਹਿੰਦਾ ਕਰਤਾ ਸ਼ੁਰੂ। ਅਤੇ ਬਾਕੀ ਹੁਣ ਲੈ ਲਈਏ ਕੱਪੜੇ ਵਗੈਰਾ, ਅਤੇ ਮੁੰਡੇ ਸ਼ਰਟਾਂ ਸ਼ੁਰਟਾਂ ਲੈਣੀਆਂ ਸੀਗੀਆਂ, ਅਤੇ ਸ਼ਰਟਾਂ ਸ਼ੁਰਟਾਂ ਲੈ ਕੇ ਫਿਰ ਤੁਹਾਨੂੰ ਮਿਲਦੇ ਹਾਂ। ਅਤੇ ਬਾਕੀ ਹੁਣ ਜੇ ਇਸ ਤੋਂ ਬਾਅਦ ਜਾਣਾ ਦੂਨ ਸਕੂਲੇ, ਅਤੇ ਉੱਥੇ ਵੀ ਕੁਛ ਵਧੀਆ ਕਰਾਵਾਂਗੇ ਅੱਜ। ਚਿੜੀਆਘਰ ਕਹਿੰਦਾ ਚਿੜੀਆਘਰ, ਨਾ ਨਾ ਚਿੜੀਆਘਰ ਨਹੀਂ ਗਾ, ਵਧੀਆ ਆ ਉੱਥੇ ਚੱਲ ਕੇ ਉੱਥੇ ਮਿਲਿਆ। ਫਿਰ ਬਾਕੀ ਦੇਖ ਸਕਦੇ ਹੋ ਆ ਕੇ ਅਸੀਂ ਦੂਨ ਸਕੂਲੇ, ਅਤੇ ਇੱਦਾਂ ਉਹ ਤਾਂ ਵਲੋਗਿੰਗ ਕਰਨਾ ਇੱਛਾ ਲਾਊ ਨਹੀਂ ਗਾ ਮੇਰੇ ਖਿਆਲ ਨਾਲ, ਅਤੇ ਬਟ ਫਿਰ ਵੀ ਇੱਕ ਵਾਰ ਆਪਾਂ ਸਾਰਾ ਦਿਖਾ ਦਈਏ, ਹੈ ਨਾ। ਮੈਂ ਵੀ ਇੱਥੋਂ ਬਾਈ ਪੜ੍ਹਿਆ 8th to 12th ਤੱਕ, ਅਤੇ ਅੱਜ 2.5 ਸਾਲ ਹੋ ਗਿਆ ਪਾਸ ਆਊਟ ਕੀਤੇ ਆ। ਬਾਕੀ ਕਾਫੀ ਰੈਨੋਵੇਸ਼ਨਸ ਹੋਏ ਇੱਥੇ, ਅਤੇ ਬਾਕੀ ਇੱਥੇ ਗ੍ਰੀਨਰੀ ਵਗੈਰਾ ਆ, ਅਤੇ ਉਹ ਕੁਛ ਖਾਸ ਨਹੀਂ, ਅਤੇ ਮੈਂ ਦਿਖਾ ਦਿੰਦਾ ਆਹੀ ਆ। ਅਤੇ ਬਾਕੀ ਹੁਣ ਮਿਲਦੇ ਹਾਂ ਚੱਲ ਕੇ ਤੁਹਾਨੂੰ। ਫਾਈਨਲੀ ਮਿੱਤਰੋ ਆਪਾਂ ਸੀਗੇ ਨੌਗਮੇ, ਅਤੇ ਦੇਖ ਸਕਦੇ ਹੋ ਬੈਗ ਵਗੈਰਾ, ਹੈ ਨਾ, ਭਰਾ ਨਾਲ ਸੀਗਾ ਆ ਕੇ ਲੈਣ ਦਾ ਸੀ ਇਹਨੂੰ ਹੋਸਟਲ ਤੋਂ, ਅਤੇ ਨਾਲ ਤੇਜ਼ੀ। ਅਤੇ ਹੁਣ ਇੱਥੇ ਮਤਲਬ ਕਿ ਖਾਣ ਪੀਣ ਲੱਗੇ ਸੀ ਸਮਾਨ ਜਿਹਾ ਕੁਛ, ਕਹਿੰਦੇ ਖਾਣਾ ਪੀਣਾ ਭੁੱਖ ਲੱਗੀ ਆ, ਅਤੇ ਬਾਕੀ ਖਾ ਪੀ ਲਈ ਇੱਥੇ, ਫਿਰ ਤੁਹਾਨੂੰ ਪਰ ਜਾ ਕੇ ਮਿਲਦੇ ਆ। ਬਾਕੀ ਮੈਂ ਬੈਕ ਕੈਮਰੇ ਨਾਲ ਕਾਲ ਕਰ ਰਿਹਾ ਕਿਉਂਕਿ ਆਪਣਾ ਕੈਮਰਾ ਤਾਂ ਟੁੱਟ ਗਿਆ, ਤਾਂ ਪਬਲਿਕ ਏਰੀਆ ਆ ਅਤੇ ਨੋਇਸ ਕਰਕੇ ਬੜਾ ਦਿੱਕਤ ਹੋਣੀ ਆ, ਹੈ ਨਾ। ਬਾਕੀ ਫਿਰ ਮਿਲਦੇ ਤੁਹਾਨੂੰ, ਕਿ ਜਿੰਦਾ ਤਾਂ ਘਰੇ ਚੱਲ ਕੇ ਇਹਨੂੰ ਵੀ ਛੱਡਣਾ ਆ, ਅਤੇ ਫਿਰ ਮਿਲਦੇ ਚੱਲ ਕੇ। ਅੱਗੇ ਸੀ ਆਪਾਂ ਘਰੇ, ਅਤੇ ਬਾਕੀ ਕੋਈ ਖਾਸ ਗੱਲ ਨਹੀਂ, ਤੇਜਿੰਦਰ ਨੂੰ ਛੱਡ ਕੇ ਆ ਗਿਆ ਸੀ ਮੈਂ ਟਾਈਮ ਨਾਲ, ਅਤੇ ਘਰੋਂ ਫੋਨ ਆ ਗਿਆ, ਥੋੜ੍ਹਾ ਕੰਮ ਸੀਗਾ। ਅਤੇ ਬਾਕੀ ਕੰਮ ਕੋ ਨਿਬੇੜ ਕੇ ਹੁਣ ਸ਼ਾਮ ਨੂੰ ਆਪਾਂ ਹੋਇਆ ਬਿਲਕੁਲ ਵਿਹਲੇ, ਅਤੇ ਮੈਂ ਇੱਕ ਕਰਨ ਲੱਗਾ ਸੀ ਨਵਾਂ ਜਗਾੜ ਜਿਹਾ, ਆਪਾਂ ਹਾਰਨ ਦਿਖਾ ਦਵਾਂ ਤੁਹਾਨੂੰ, ਅਤੇ ਆ ਹਾਰਨ, ਅਤੇ ਇੱਕ ਵਾਰ ਪਹਿਲਾਂ ਦੀ ਆਵਾਜ਼ ਆਪਾਂ ਚੈੱਕ ਕਰਾਉਂਦੇ ਹਾਂ ਦੋਨਾਂ ਦੀ। ਅਤੇ ਬਾਕੀ ਇਹਨਾਂ ਨੂੰ ਆਪਾਂ, ਹੈ ਨਾ, ਹੁਣ ਫਿੱਟ ਕਰਦੇ ਹਾਂ। ਅਤੇ ਇਹੋ ਜਿਹੇ 1-2 ਸੈੱਟ ਹੋਰ ਸੀਗੇ, ਅਤੇ ਇਹਨਾਂ 'ਚੋਂ ਮਤਲਬ 1-2 ਮੇਰੇ ਖਿਆਲ ਨਾਲ ਖਰਾਬ ਵੀ ਆ, ਅਤੇ ਬਾਕੀ ਜਿਵੇਂ ਕਿ ਆਹ, ਹੈ ਨਾ, ਆਹ 2 ਸੈੱਟ ਆ, ਅਤੇ ਇਹਨਾਂ 'ਚੋਂ ਚੈੱਕ ਕਰਦੇ ਜਿਹੜਾ ਖਰਾਬ ਆ ਜਿਹੜਾ ਸਹੀ ਆ ਉਹ ਕੱਢ ਕੇ, ਬਾਕੀ ਆਵਾਜ਼ ਇੱਕ ਵਾਰ ਤੁਹਾਨੂੰ ਮੈਂ ਇੱਦਾਂ ਨੋਰਮਲ ਸੁਣਨਾ। ਬਾਕੀ ਮੈਂ ਇਹਦੇ ਫਿੱਟ ਕਰਾਂਗੇ ਕਿਉਂਕਿ ਇਹਦੇ ਨੋਰਮਲ ਹਾਰਨ ਸੀਗੇ ਛੋਟੇ ਵਾਲੇ, ਹੈ ਨਾ, ਆਹ ਲਾਇਆ ਸੀ ਐਡ ਕਰਕੇ। ਬਾਕੀ ਆਵਾਜ਼ ਇੱਕ ਵਾਰ ਤੁਹਾਨੂੰ ਸੁਣਾ ਦਾਂ, ਅਤੇ ਵਜਾਈ ਅਤੇ ਤਾਰਾਂ ਇਹਦੀਆਂ ਜਿੱਦਾਂ ਕੱਢੀਆਂ ਸੀ, ਹੈ ਨਾ, ਕਰਨ ਲੱਗੇ ਸੀ ਚੈੱਕ ਜਿਹਾ। ਅਤੇ ਇੱਕ ਮਿੰਟ, ਹੁਣ ਫਿੱਟ ਜਿਹਾ ਹੋ ਰਿਹਾ। ਅਤੇ ਬਾਕੀ ਆਹ ਆਵਾਜ਼ ਸੀਗੀ ਨੋਰਮਲ, ਹੈ ਨਾ, ਦੇਖ ਸਕਦੇ ਹੋ। ਅਤੇ ਬਾਕੀ ਇੱਕ ਵਾਰ ਆਹ ਵਾਲੇ ਵੀ ਲੰਮਾਂਗੇ, ਅਤੇ ਇਹਦੀ ਤੁਹਾਨੂੰ ਮੈਂ ਆਵਾਜ਼ ਸੁਣਾਉਂਦਾ ਹੁਣ, ਪਹਿਲਾਂ ਉਹਦੇ ਪਲੱਗ ਕੱਢ ਕੇ ਇੱਥੇ ਲਾ ਦਈਏ, ਫੇਰ ਆਵਾਜ਼ ਸੁਣਾਓ। ਹੁਣ ਇਹਦੀ ਆਵਾਜ਼ ਚੈੱਕ ਕਰਿਓ, ਆਪਣਾ ਕਲਿੱਪ 'ਚ ਦੇਖੋ ਲਾਤੇ ਸੀਗੇ ਮਤਲਬ ਇਹਦੇ 'ਚ, ਹੈ ਨਾ, ਅਤੇ ਹੁਣ ਇਹਦੀ ਆਵਾਜ਼ ਚੈੱਕ ਕਰਿਓ ਜ਼ਰਾ। ਅਤੇ ਹੁਣ ਸੂਰਜ ਸੈਟਿੰਗ ਹੋ ਗਈ ਸੀ ਨਾ, ਅਤੇ ਚਲਾਈ ਆਵਾਜ਼ ਦੇਖੋ, ਹੈ ਨਾ, ਇੱਦਾਂ ਦੇ ਦੋ ਆ ਆਪਾਂ ਕੋ, ਅਤੇ ਦੋ ਆਪਾਂ ਫਿੱਟ ਕਰ ਲਾਂਗੇ। ਬਾਕੀ ਇਹਦਾ ਮੈਂ ਕਰ ਦਿੰਦਾ ਟਾਈਮ ਲੈਪਸ ਐਡ, ਅਤੇ ਇਹਨੂੰ ਫਿੱਟ ਕਰ ਲਈਏ, ਫਿਰ ਪੂਰਾ ਦੱਸਦੇ ਹਾਂ। ਕਿਉਂਕਿ ਯਾਰ ਇੱਕ ਤਾਂ ਚੱਕਰ ਇਹਦੇ ਨਾ, ਇਹਦੇ ਇੱਦਾਂ ਹੀ ਉੱਪਰ ਥੱਲੇ ਕੋਈ ਜਗਾੜ ਲਾਂਗੇ ਫਿੱਟ ਕਰਨੇ ਪੈਣੇ ਆ, ਥੱਲੇ ਵਾਲਾ ਮਤਲਬ ਇੱਧਰ ਉੱਧਰ ਦਾ ਕੋਈ ਮਤਲਬ ਨਹੀਂ, ਹੈ ਨਾ, ਇਹਦੇ ਪੱਤੀਆਂ ਮਹਿੰਦਰੇ ਨਾਲ ਜਿੱਦਾਂ ਦਿੱਤੀਆਂ। ਅਤੇ ਬਾਕੀ ਹਜੇ ਪੱਤੀਆਂ ਜਦੋਂ ਫਿਰ ਕਦੇ ਬਣਾਵਾਂਗੇ ਅਤੇ ਉਹਦਾ ਚੇਂਜ ਕਰਾਂਗੇ। ਬਾਕੀ ਹਜੇ ਇਹਨੂੰ ਕਦੇ ਸੈੱਟ, ਬਾਕੀ ਦੇਖ ਸਕਦੇ ਹੋ ਝੋਲਾ ਸਿਹਾ ਚੱਲ ਜਾਂਦਾ ਇੱਧਰ ਆਪਣਾ ਸੁਨਲਕਾ ਖੜਾ, ਅਤੇ ਬਾਕੀ ਡਸਟ ਨੂੰ ਕਰਿਓ ਇਗਨੋਰ, ਅਤੇ ਪੈਲੀ ਪੁਲੀ ਬਾਈ ਸੀ ਅੱਜ ਥੋੜ੍ਹੀ ਜਿਹੀ, ਅਤੇ ਉਹੀ ਕਰ ਗਿਆ। ਬਾਕੀ ਇਹਨੂੰ ਕਰ ਲਈਏ ਫਿੱਟ, ਫਿਰ ਮਿਲਦੇ ਤੁਹਾਨੂੰ। ਅਤੇ ਗਾਇਸ ਦੇਖ ਸਕਦੇ ਹੋ ਜਿਵੇਂ ਕਿ ਆਪਾਂ ਹਾਰਨ ਕਰਦੇ ਸੀ ਫਿੱਟ, ਹੈ ਨਾ, ਪਿੱਛੇ ਮੈਂ ਟਾਈਮ ਲੈਪਸ ਵੀ ਐਡ ਕਰਤਾ ਸੀਗਾ, ਅਤੇ ਪਹਿਲਾਂ ਸਿੱਧਾ ਤਾਂ ਵਿਗਾੜ ਬੰਦਾ ਨਹੀਂ, ਇੱਕ ਦਾ ਤਾਂ ਐਨੂੰ ਹੋਇਆ। ਅੱਗੇ ਵੀ ਤੁਹਾਨੂੰ ਮੈਂ ਦਿਖਾ ਦਿੰਦਾ, ਇੱਧਰੋਂ ਦੇਖੋ ਇੱਦਾਂ ਇਸ ਕੁਛ ਲੁੱਕ 'ਚ ਫਿੱਟ ਹੋਇਆ, ਤਾਂ ਇਹੋ ਕਿ ਵਧੀਆ ਲੱਗ ਰਹੇ ਹੋਣਗੇ ਤੁਹਾਨੂੰ ਵੀ। ਅਤੇ ਬਾਕੀ ਕੁਛ ਇਹਦਾ ਦੇਸੀ ਜਿਗਾੜ ਜਿਹਾ ਲਾਉਂਦੇ ਹਾਂ, ਹੈ ਨਾ, ਅਤੇ ਕਿਉਂਕਿ ਜਿੱਦਾਂ ਕਿ ਉਹ ਕਰਨਾ ਹੋਊਗਾ ਫਿੱਟ, ਅਤੇ ਆਹ ਤਾਰਾਂ, ਹੈ ਨਾ, ਮਤਲਬ ਬਹੁਤ ਮੁਸ਼ਕਿਲ ਨਾਲ ਉਹਨੇ ਵਿੱਚ ਕੀਤੀਆਂ ਸੀਗੀਆਂ। ਅਤੇ ਇੱਧਰੋਂ ਜਿਹੜੇ ਨਾ ਇਹਨਾਂ ਦੇ ਜਿਵੇਂ ਕਿ ਆਹ ਪਲੱਗ ਹੁੰਦੇ ਆ ਆਹ ਵਾਲੇ, ਅਤੇ ਆਹ ਪਲੱਗ ਜਿਹੜਾ ਆ ਇੱਥੇ ਲਾ ਕੇ
उत्तर टेपिंग वगैरह करके है ना, तो लाइट वगैरह मतलब कि जिदा है ना तार जी जोड़ती है, तो इन हर मतलब इदा पहला कनैक्शन दे दें एक दूजे ने बाद एक चला देंगे प्लग है ना आह वाले, तो सो इना कि जिदा है दोनों का करंट पूरा जाऊगा, फिर फाइनल इन कर दी रेडी, तो फिर तुम आवाज सुनाने टाइम लैप्स है, तो हूँ यदा चलो की जोड़ना पहले जोड़ेगा, चलो पहले कर लिए फिर तुम मिलते हैं, मतलब चैक कर सकते हो है ना फिट जो करते थे, तो बाकी थोड़ा नेरा जो हो पाया आई थिंक, तो क्वालिटी का थोड़ा इशू होगा तो उन्होंने करो इग्नोर, बाकी चेक करो तारा वगैरह कनैक्शन सब हो गए थे, चलाई एक बार मनी हाँ मतलब उदा उन्हें पहला बटन चाइना नहीं दब पाया तो हम वी आवाज़ चेक करो, मतलब अदा आवाज़ तो बहुत है पर तुम शायद घट लगती हो वीडियो तो वो सॉरी, बाकी एक बार नेड़े व्यू चेक कर लो है ना हरन का, तो बाकी बड़े दिनों का प्लैन सीगा है ना हरन हुरन दे फिट करन दा, ते आ नहीं बन पाया, तो अज फाइनली तो अज मैं मन भी सीगा कुछ यूट्यूब लिए करिए ब्लॉग वगैरह है ना, तो बाकी कमेंट कर दियो कि हम डेली ब्लॉग करिए या की जुगाड़ की नहीं, जिवें कहोगे उवें होगा, बाकी धन्यवाद फिर तो एक बार सारे का 1000 सबसक्राइबर कराने लई, तो बाकी जे कुछ हूँ आप शांत कंटेंट मिलता आ तो आप इनकलूड करा, नहीं तो धन्यवाद सारे का बहुत बहुत आप ब्लॉग में इतने तक देखने ली।